बहुत स्वागत है जी सारे दा। मैं हाँ सुरेंद्र ढल। एक बार फिर बहुत ही इंपॉर्टेंट शो करांगे और उस सारे स्टूडेंट्स शो नूं बहुत ध्यान नाल सुनन जिन्हां दियां फाइल्स अप्लाई ने, अंडर प्रोसैस ने, भावें वह कंप्लीट फाइल्स ने, भावें वह मार्च अप्रैल वेले दियां फाइल्स ने जिहड़ियां वह चल रही ने। अनुमानों के मुताबिक, अंदाजों के मुताबिक कनेडा दे विच भी इस वक्त करीब 50,000 फाइल्स ने जिहड़ियां अंडर प्रोसैस ने, उन्हां दे रिजल्ट ने जिहड़े वह हौली हौली करके आ रहे हैं। पर इहदे नाल नाल जे असीं सक्सैस रेट काउंट करिए कनेडा दे विच हुण तक अंदाजन 70-75 तो लैके 80% दे विच ही सक्सैस है जिहड़ी वह मिलती है। सो अजिही सूरत दे विच इन्हां 50,000 केसिस दे विच सक्सैस रेट की रह सकती है अज दे उस माहौल दे विच जदों कितना कितें वीज़ा ऑफिसर्स ते भी प्रैशर है, भावें कोविड है, भावें वर्कलोड है, भावें अंबैसीज के उत्ते भी प्रैशर है। जसमीत भाटिया जी साडे नाल मौजूद ने, लैंडमार्क इमीग्रेशन के चीफ, उन्होंने गल करांगे। जसमीत जी बहुत बहुत स्वागत है जी। सत श्री अकाल जसमीत जी। अंदाजन 50,000 फाइलां ने जिवें तुसीं हर शो च दस रहे हो, पर डेली बेसिस ते रिजल्ट्स भी आ रहे हैं। देखो सो फाइल डेली बेसिस ते रिजल्ट आ रहे हैं। मैनूं लगता है कि 500-800 फाइल तो डेली रिजल्ट आ रहे हैं डेली। सो क्योंकि सानू भी डेली दे 10 रिजल्ट तो आ ही रहे हैं। सो डेली 500-700 फाइल तो रिजल्ट जरूर आ रहे होने, शायद 1,000 फाइल तो भी आ रहे हो रिजल्ट। सो 50,000 का जो देखिए तो फरवरी तक मैं लगता है कि सारे बैकलॉग खत्म हो जाएगा, बट जो नवी फाइल हैं उन्होंने भी पेंडेंसी क्रिएट हो जाएगी क्योंकि आने वाले 3 महीने नवे स्टूडेंट भी बहुत सारिया फाइलों लॉन्च करेंगे। हाँ जी बिल्कुल ठीक है। ਤੇ ਜਿਵੇਂ 50,000 ਦੇ ਕਰੀਬ ਫਾਈਲਾਂ ਨੇ, ਸਕਸੈਸ ਰੇਟ ਇਹਨਾਂ ਦੇ ਵਿੱਚੋਂ ਕੀ ਰਹਿ ਸਕਦਾ ਹੈ? ਦੇਖੋ ਜੇ ਹਾਇਰ ਸਾਈਡ ਦੇਖੀਏ ਤਾਂ 40,000 ਸਟੂਡੈਂਟਸ ਸ਼ੁੱਡ ਗੈਟ ਵੀਜ਼ਾ ਆਊਟ ਆਫ ਆਲ ਦੀਸ 50,000 ਫਾਈਲ। ਜੇ ਅਸੀਂ ਲੋਅਰ ਸਾਈਡ ਦੇਖੀਏ ਤਾਂ 35,000 ਸਟੂਡੈਂਟਸ ਸ਼ੁੱਡ ਗੈਟ ਵੀਜ਼ਾ। ਸੋ ਸਟੂਡੈਂਟਸ ਆਲਰੇਡੀ ਜੋ ਸਾਨੂੰ ਉਮੀਦ ਹੈ ਕਿ 25,000-30,000 ਤਾਂ AIP ਵਾਲਾ ਸਟੂਡੈਂਟ ਹੈਗਾ ਜਿਹਨੂੰ ਵੀਜ਼ਾ ਮਿਲਣਾ ਮਤਲਬ ਬਹੁਤ ਪ੍ਰੋਬੇਬਿਲਿਟੀ ਹੈਗੀ ਹੈ ਮਿਲਣ ਦੀ, ਅਨਟਿਲ ਐਂਡ ਅਨਲੈਸ ਤੁਹਾਡੇ 'ਤੇ ਕੋਈ ਪ੍ਰੋਬਲਮ ਹੈ, ਤੁਸੀਂ ਕੋਈ ਫੇਕ ਡਾਕੂਮੈਂਟ ਲਗਾਇਆ ਜਾਂ ਫਿਰ ਕੋਈ ਇਸ਼ੂ ਇੱਦਾਂ ਦਾ ਹੈਗਾ ਕਿ ਜਿਹੜਾ ਅਨਅਵੋਇਡਬਲ ਹੈ ਔਰ ਉਹਦੇ ਕਰਕੇ ਤੁਹਾਨੂੰ ਰਿਫਿਊਜ਼ਲ ਆ ਜਾਂਦੀ ਹੈ, ਤਾਂ 25,000-26,000 ਤਾਂ AIP ਵਾਲਾ ਸਟੂਡੈਂਟ ਹੈ ਔਰ 25,000 ਫਰੈਸ਼ ਫਾਈਲ ਹੈ। ਸੋ ਮੈਨੂੰ ਲੱਗਦਾ ਕਿ 35,000 ਪਲੱਸ ਵੀਜ਼ਾਜ਼ ਮਿਲਣਗੇ ਆਊਟ ਆਫ ਦੀਸ 50,000 ਫਾਈਲਸ, ਐਂਡ ਕੁਛ ਸਟੂਡੈਂਟਸ ਨੂੰ ਰਿਫਿਊਜ਼ਲ ਦਾ ਵੀ ਸਾਹਮਣਾ ਕਰਨਾ ਪਏਗਾ, ਐਂਡ ਦੇਰ ਆਰ ਸਰਟਨ ਗੁੱਡ ਪ੍ਰੋਫਾਈਲਸ ਆਲਸੋ ਵਿਚ ਆਰ ਬੀਇੰਗ ਰਿਫਿਊਜ਼ਡ ਡਿਊ ਟੂ ਦ ਪੀਅਰ ਪ੍ਰੈਸ਼ਰ ਕਿ ਆਪਾਂ ਰਿਜ਼ਲਟਸ ਜਲਦੀ ਦੇਣੇ ਹੈ ਐਂਡ ਆਪਾਂ ਫਾਈਲ ਦਾ ਜਿਹੜਾ ਬੈਕਲੋਗ ਹੈ ਉਹ ਜਲਦੀ ਖਤਮ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਜਿਹੜੇ ਰਿਜ਼ਲਟਸ ਹੈ ਉਹ ਵਿਦਇਨ 2 ਮੰਥਸ ਐਂਡ 2.5 ਮੰਥਸ ਕਲੀਅਰ ਹੋ ਜਾਣਗੇ ਬੈਕਲੋਗ ਜਿਹੜੇ ਹੈਗੇ ਆ। ਬਿਲਕੁਲ ਠੀਕ ਹੈ ਜੀ। ਸੋ ਇਹ ਉਮੀਦ ਬਹੁਤ ਜ਼ਿਆਦਾ ਹੈ, ਪਰ ਭਾਟੀਆ ਜੀ ਸਟੂਡੈਂਟਸ ਨੇ ਜਿਹੜੇ, ਮੈਂ ਇਹ ਵੀ ਮਹਿਸੂਸ ਕਰਦਾ ਕਿ ਅਗਰ ਮਾਰਚ ਦੀਆਂ ਫਾਈਲਾਂ ਸਟੂਡੈਂਟਸ ਦੀਆਂ ਲੱਗੀਆਂ ਹੋਈਆਂ ਨੇ ਅਤੇ ਅਗਰ ਰਿਜ਼ਲਟ ਆਉਣ ਨੂੰ ਅਗਲੀ ਅਗਰ ਜਨਵਰੀ ਜਾਂ ਫਰਵਰੀ ਤੱਕ ਵੀ ਰਿਜ਼ਲਟ ਆਉਂਦੇ ਨੇ, ਇਹ ਵੀ ਹੋ ਸਕਦਾ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸਟੂਡੈਂਟਸ ਦੀ ਜਿਹੜੀ ਆਇਲਸ ਹੈ ਉਹਦੀ ਵੈਲਿਡਿਟੀ ਖਤਮ ਹੋ ਜਾਵੇ, ਉਹ ਸਟੂਡੈਂਟਸ ਦੇ ਲਈ ਫਿਰ ਕਿਹੋ ਜਿਹੀਆਂ ਜਿਹੜੀਆਂ ਨੇ ਚੈਲੇਂਜਸ ਬਣਨਗੇ ਉਹਨਾਂ ਸਟੂਡੈਂਟਸ ਦੇ ਲਈ, ਉਹ ਕੀ ਕਰਨ ਫਿਰ? ਬਿਲਕੁਲ ਸਹੀ, ਜਿਨ੍ਹਾਂ ਦੀਆਂ ਤਾਂ ਫਾਈਲਾਂ ਆਲਰੇਡੀ ਲੌਜਡ ਹੈ ਔਰ ਉਹਨਾਂ 'ਤੇ ਕੀ ਕਹਿੰਦੇ ਉਹਨਾਂ ਨੂੰ ਆਈਲੈਟਸ ਦੁਬਾਰਾ ਕਰਨ ਦੀ ਲੋੜ ਨਹੀਂ ਹੈਗੀ, ਬਟ ਜੇ ਤੁਹਾਡੀ ਫਾਈਲ ਲੌਜਡ ਹੈ ਔਰ ਆਈਲੈਟਸ ਐਕਸਪਾਇਰ ਲੌਜ ਕਰਨ ਤੋਂ ਬਾਅਦ ਹੋਇਆ, ਬਾਰ ਬਾਰ IRCC ਨੇ ਆਪਣੇ ਵੈਬੀਨਾਰ 'ਚ ਕਿਹਾ ਕਿ ਸਟੂਡੈਂਟਸ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੇ ਤੁਹਾਡਾ ਆਈਲੈਟਸ ਐਕਸਪਾਇਰ ਹੋ ਗਿਆ ਔਰ ਤੁਹਾਨੂੰ ਆਈਲੈਟ ਤੁਹਾਡਾ ਵੈਲਿਡ ਮੰਨਿਆ ਜਾਏਗਾ ਜਿਸ ਡੇਟ ਨੂੰ ਜੇ ਤੁਸੀਂ ਲੌਜ ਕੀਤੀ ਸੀ ਫਾਈਲ, ਜੇ ਉਸ ਦਿਨ ਨੂੰ ਵੈਲਿਡ ਸੀ ਤਾਂ ਵੈਲਿਡ ਮੰਨਿਆ ਜਾਏਗਾ। ਪਰ ਸਪੋਜ਼ ਤੁਹਾਨੂੰ ਰਿਫਿਊਜ਼ਲ ਆ ਜਾਂਦੀ ਹੈ ਐਂਡ ਯੂਅਰ ਆਈਲੈਟਸ ਇਜ਼ ਐਕਸਪਾਇਰ, ਦੈਨ ਡੈਫੀਨੇਟਲੀ ਯੂ ਹੈਵ ਟੂ ਡੂ ਅਗੇਨ ਯੂਅਰ ਆਈਲੈਟਸ ਐਂਡ ਦੈਨ ਅਗੇਨ ਓਨਲੀ ਯੂ ਵਿਲ ਬੀ ਏਬਲ ਟੂ ਲੌਜ ਯੂਅਰ ਫਾਈਲ। ਸੋ ਇਸ 'ਤੇ ਮੁੱਦਾ ਇਹ ਉੱਠਦਾ ਕਿ ਜਿਹੜੇ ਰਿਫਿਊਜ਼ਲ ਵਾਲੇ ਸਟੂਡੈਂਟਸ ਹੈ ਉਹ ਕੀ ਕਰਨ? ਸੋ ਮੈਂ ਉਹਨਾਂ ਨੂੰ ਐਡਵਾਈਸ ਦੇਣਾ ਚਾਹਾਂਗਾ ਜਿਹੜੇ ਰਿਫਿਊਜ਼ਲ, ਜੇ ਕਿਸੇ ਨੂੰ ਰਿਫਿਊਜ਼ਲ ਆ ਜਾਂਦੀ ਹੈ ਜਾਂ ਜਿਨ੍ਹਾਂ ਦਾ ਕੇਸ ਰਿਫਿਊਜ਼ ਹੋ ਜਾਂਦਾ, ਮੈਂ ਉਹਨਾਂ ਨੂੰ ਐਡਵਾਈਸ ਦੇਣਾ ਚਾਹਾਂਗਾ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ। ਆਉਣ ਵਾਲੇ ਜਿਹੜੇ ਇਨਟੇਕਸ ਹੋਣਗੇ ਮਈ ਔਰ ਸਪਤੰਬਰ, ਬਹੁਤ ਵਧੀਆ ਸਕਸੈਸ ਰੇਟ ਜਾਣ ਦੀ ਉਮੀਦ ਹੈ ਕਿਉਂਕਿ ਜੇ ਇੱਕ ਵਾਰੀ ਬੈਕਲੋਗ ਕੰਪਲੀਟ ਹੋ ਗਿਆ ਔਰ ਫਾਈਲਸ 'ਤੇ ਨੋਰਮਲ ਪ੍ਰੋਸੈਸਿੰਗ ਹੋਣੀ ਸ਼ੁਰੂ ਹੋ ਗਈ 3-4 ਮਹੀਨੇ 'ਤੇ, ਤਾਂ ਫਿਰ ਜਿਹੜਾ ਨੰਬਰ ਹੈ 400,000 ਸਟੂਡੈਂਟ ਦਾ ਜਿਹੜਾ ਨੰਬਰ ਹੈ ਔਰ ਇੰਡੀਆ ਤੋਂ 1.5 ਲੱਖ ਸਟੂਡੈਂਟ ਦਾ ਜਿਹੜਾ ਨੰਬਰ ਹੈ ਉਹਦੇ ਬਾਰੇ ਵੀ ਧਿਆਨ ਦੇਣਾ ਪਏਗਾ ਹਾਈ ਕਮਿਸ਼ਨ ਨੂੰ ਔਰ ਕੈਨੇਡਾ ਨੂੰ, ਕਿਉਂਕਿ ਜੇ ਰਿਫਿਊਜ਼ਲ ਇੰਨੀ ਜ਼ਿਆਦਾ ਦਿੰਦੇ ਰਹਿਣਗੇ ਜਾਂ ਜਿਹੜੇ ਰਿਫਿਊਜ਼ ਸਟੂਡੈਂਟਸ ਹੋਣਗੇ ਜੇ ਉਹਨਾਂ ਨੂੰ ਨਹੀਂ ਵੀਜ਼ਾ ਮਿਲੇਗਾ, ਤਾਂ ਐਲੀਜੀਬਲ ਸਟੂਡੈਂਟਸ ਨੂੰ ਜੇ ਵੀਜ਼ਾ ਨਹੀਂ ਮਿਲੇਗਾ ਤਾਂ ਇਹ ਨੰਬਰ ਅਚੀਵ ਨਹੀਂ ਹੋਏਗਾ 1.5 ਲੱਖ ਇੰਡੀਅਨ ਸਟੂਡੈਂਟ ਦਾ। ਸੋ ਆਉਣ ਵਾਲੇ ਇਨਟੇਕਸ ਜਿਹੜੇ ਮਾਰਚ 2021 ਔਰ ਸਪਤੰਬਰ 2021 ਹੈ, ਮੈਨੂੰ ਲੱਗਦਾ ਕਿ ਬਹੁਤ ਵਧੀਆ ਵੀਜ਼ਾ ਸਕਸੈਸ ਰੇਟ ਰਹੇਗਾ ਔਰ ਹਾਲੇ ਵੀ ਵੀਜ਼ਾ ਸਕਸੈਸ ਰੇਟ ਚੰਗਾ ਹੈ, ਬਟ ਰਿਫਿਊਜ਼ਲ ਐਂਡ ਅਪਰੂਵਲ ਇਜ਼ ਪਾਰਟ ਆਫ ਦਿਸ ਪ੍ਰੋਸੈਸ।
मतलब कि प्रोसैस का पार्ट है, कई वीज़े मिलते हैं कई नहीं वीज़े मिलते। बाकी मैं कहांगा कि किस्मत भी बहुत बड़ा रोल प्ले करती है। सो जे तुहाडा भाग हैगा कि तुसी बाहर जाना है, दैन ओनली यू विल बी एबल टू गो टू कैनेडा। एंड जे आपां किस्मत जरूर लिखिया होएगा, किस्मत ताहीं साथ देगी जे तुसी फाइल अपनी चंगी तरह लगाओगे, तां वी ये सारियां चीज़ां मैटर करदियां तुहानू वीज़ा लैण लई। बिल्कुल जी। सो बड़ी इंपॉर्टेंट गल है जिहड़ी जसमीत भाटिया जी ने इस शो दे विच वी साडे नाल शेयर कीती है। सो मैं आस करदा कि स्टूडेंट जरूर पॉजिटिव बने रहणगे, और असी ये भी आस करते हैं कि इस बार जिहड़ियां पेंडिंग फाइल्स ने जसमीत जी उन्हों का सक्सैस रेट ज़्यादा होवे। सो असी तां कहांगे कि 100% सक्सैस रेट अगर आ जाए। बिल्कुल बिल्कुल, पर साडी तां हमेशा ही एज अ कंसल्टेंट भी और एज अ तुहाडी जे असी गल करिए तां जिन्ने ज़्यादा बच्चों नूं वीज़ा मिलणगे उन्ना ही बैटर है, उन्ना ही बैटर है। थैंक यू सो मच जी। 9413-9412 ते तुसीं जसमीत जी नाल संपर्क कर सकते हो, जसमीत जी की टीम नाल संपर्क कर सकते हो। अगर तुसीं आयल्स का कोर्स करना, भाटिया जी अगर स्टूडेंट्स के कुछ रिफ्यूजल आते हैं, क्योंकि अगर पॉजिटिव है तो नैगेटिव भी है, अगर सक्सैस होनी है तो फेलर भी आएंगे, तो उन्होंने लिए कोई आयल्स का खास तुहाडे वल्लों कोई कंसैशन उन्होंने स्टूडेंट्स के लिए? सी देखो, मैं तो जिहड़ी असी फीस रखी है बहुत ही थोड़ी रखी है, दैट इज़ 5,000 rupees पर मंथ। इस असी कोशिश कर रहे हैं कि नो प्रॉफिट तो असी आइलेट्स की कोचिंग करिए, क्योंकि साडा जिहड़ा बिजनेस मॉडल है दैट इज़ ऑन स्टूडेंट वीज़ा अपरूवल। सो असी चाहते हैं कि आइलेट्स तुसी जरूर ज्वाइन करो, 5,000 rupees मंथली साढ़े चार्जिज है, एंड तुसी ऑफलाइन क्लासेस भी लै सकते हो और ऑनलाइन क्लासेस भी लै सकते हो। साडे नाल पोर्टल, साडा पोर्टल है जिस ऑनलाइन क्लासेस लगदी हैं, तुसी घर बैठे भी पढ़ाई कर सकते हो आइलेट्स के लिए। सो स्टूडेंट्स नूं मैं यही गाइड करांगा कि जे तुसी आइलेट्स रिपीट करना चाहते हो, तैयारी करना चाहते हो, तुसी साडे नाल राबता कायम कर सकते हो। साडी कोशिश यही रहेगी कि तुहाडे बैटर रिजल्ट्स आए और क्वालिटी ते फोकस हो सके। बिल्कुल, और जसमीत भाटिया जी का टारगेट रहिंदा है कि 1 महीने या 2 महीने के जिहड़ी आयल्स है वह कंप्लीट कराई जाए, क्योंकि ता ही बेनीफिट है अगर बहुत ज़्यादा कंसंट्रेशन दे नाल फोकस हो के अगर स्टूडेंट है जिहड़ा वो कोचिंग हासिल करता है। थैंक यू सो मच, धन्यवाद।